ਤੋਬਾ ਮੁਬਾਰਕ ਆ ਥੈਂਕ ਯੂ ਤਿੰਨ ਰਿਫਿਊਜ਼ਲ ਸੀਗੀਆਂ ਯੂਐਸਏ ਦੀਆਂ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗਾ ਤੇ ਪਲੱਸ ਤੁਹਾਡੇ ਪੇਰੈਂਟਸ ਵਿਜ਼ਟਰ ਵੀਜ਼ਾ ਤੇ ਸੀਗੇ ਤੇ ਕਿੰਨੇ ਮਿੰਟ ਦੀ ਇੰਟਰਵਿਊ ਰਹੀ ਤੁਹਾਡੀ ਠੀਕ ਹੈ ਤੇ ਡਿਸੀਜਨ ਦਾ ਪਤਾ ਲੱਗ ਗਿਆ ਤੁਹਾਨੂੰ ਜੀ ਸਰ ਖਾਲੀ ਇੰਟਰਵਿਊ ਨਹੀਂ ਮੇਰੀ ਠੀਕ ਹੈ ਕੰਗ੍ਰੈਚੁਲੇਸ਼ਨਸ ਜੀ ਫॉर ਯੂਰ ਵੀਜ਼ਾ ਗ੍ਰਾਂਟ ਯੂਐਸਏ ਦਾ ਮੈਨੂੰ ਦੱਸੋ ਵੀ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਸੀਗਾ ਤੇ ਕਿੰਨੇ ਕਿੰਨੇ ਅਪਲਾਈ ਕੀਤਾ ਸੀ ਤੁਸੀਂ ਮੈਂ ਤੇ ਮੇਰੀ ਵਾਈਫ ਨੇ ਕੀਤਾ ਸੀ ਤੇ ਪ੍ਰੀਵੀਅਸ ਤੁਹਾਡੀ ਕੋਈ ਰਿਫਿਊਜ਼ਲ ਸੀਗੀ ਯੂਐਸਏ ਦੀ ਮੇਰੀ ਵਾਈਫ ਦੀ ਸੀਗੀ ਮੇਰੀ ਨਹੀਂ ਸੀਗੀ ਠੀਕ ਹੈ ਵਾਈਫ ਦੀ ਰਿਫਿਊਜ਼ਲ ਸੀਗੀ ਕਿਉਂਕਿ ਕਾਫੀ ਐਪਲੀਕੈਂਟ ਸਾਡੇ ਕੋਲੇ ਹੁੰਦੇ ਆ ਜਿਹੜੇ ਸੋਚਦੇ ਵੀ ਯੂਐਸਏ ਦਾ ਜੇ ਇੱਕ ਵਾਰੀ ਵੀਜ਼ਾ ਰਿਫਿਊਜ਼ ਹੋ ਜਾਂਦਾ ਇੰਟਰਵਿਊ ਦੇ ਵਿੱਚ ਤਾਂ ਦੁਬਾਰਾ ਵੀਜ਼ਾ ਨਹੀਂ ਆਉਂਦਾਗਾ ਮੇਰੀ ਕੈਨੇਡਾ ਦੀ ਰਿਫਿਊਜ਼ਲ ਸੀਗੀ ਬਿਲਕੁਲ ਉਹਨਾਂ ਨੇ ਪੁੱਛਿਆ ਸੀਗਾ ਕਿ ਮੈਂਸ਼ਨ ਕਰਤਾ ਸੀਗਾ ਵੀ ਹਾਂ ਹੈਗੀ ਆ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਆਇਆ ਹੋਰ ਫਿਰ ਤੁਸੀਂ ਅੱਗੇ ਰეკਮੈਂਡ ਕਰਦੇ ਹੋ ਬਾਕੀਆਂ ਨੂੰ ਵੀ ਕਿ ਉਹ ਸਾਨੂੰ ਕੰਟੈਕਟ ਕਰਨ 100% ਮੈਂ ਤੇ ਕੋਈ ਦੋਰਾਈ ਨਹੀਂ ਹੈਗੀ ਜਿੰਮੀ ਨੂੰ ਤਾਂ ਪਤਰ ਨਹੀਂ ਮਿਲਦਾ ਸ਼ਾਇਦ ਮੈਂ ਆਪਾਂ ਪਲੇਵਿੰਗ ਨੂੰ ਮਰਦੀ ਤੁਸੀਂ ਮੋਟੀਵੇਟ ਨਹੀਂ ਕਰਦੇ ਸ਼ਾਇਦ ਮੈਂ ਨਹੀਂ ਪਲੇਵਿੰਗ ਕਰ ਪਾਇਆ ਤਾਂ ਤੁਸੀਂ ਪਿਛਲੇ ਕੁਝ ਦਿਨਾਂ ਦੀ ਸਾਡੀਆਂ ਵੀਡੀਓਜ਼ ਦੇਖੀਆਂ ਯੂਐਸਏ ਰਿਗਾਰਡਿੰਗ ਬਹੁਤ ਸਾਰੀ ਵੀਡੀਓਜ਼ ਆਈਆਂ ਕਿਉਂ ਬਹੁਤ ਸਾਰੇ ਆਈਆਂ ਪਿਛਲੇ ਦਿਨ 3 ਦਿਨਾਂ ਦੇ ਵਿੱਚ 12 ਵੀਜ਼ਾਸ ਗ੍ਰਾਂਟ ਹੋਇਆ ਯੂਐਸਏ ਦੇ 2-2, 3-3 ਰਿਫਿਊਜ਼ਲਸ ਤੋਂ ਬਾਅਦ ਵੀਜ਼ਾ ਗ੍ਰਾਂਟ ਹੋਇਆ ਈਵਨ ਕਿ ਐਪਲੀਕੈਂਟ ਜਿਹਦੇ ਪੇਰੈਂਟਸ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ 'ਤੇ ਸੀ ਉਹਨਾਂ ਦਾ ਵੀ ਯੂਐਸਏ ਦਾ ਵਿਜ਼ਿਟਰ ਵੀਜ਼ਾ ਗ੍ਰਾਂਟ ਹੋਇਆ 10 ਸਾਲ ਦਾ ਮਲਟੀਪਲ ਵੀਜ਼ਾ ਜੇ ਤੁਸੀਂ ਵੀ ਯੂਐਸਏ ਜਾਣਾ ਚਾਹੁੰਦੇ ਹੋ ਜਾਂ ਵੀਜ਼ਾ ਅਪਲਾਈ ਵੀ ਕਰਨਾ ਚਾਹੁੰਦੇ ਹੋ ਚਾਹੇ ਬਾਅਦ 'ਚ ਜਾਓ This is the perfect time to apply for a US visitor visa ਜਿਹਦੀ ਇੰਟਰਵਿਊ ਦੀ ਤਿਆਰੀ ਉਹਨ ਗਲੋਬਲ ਕਰਾਏਗਾ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਇੰਟਰਵਿਊ ਹੀ ਹੈ ਜਿਹੜੀ ਅਹਿਮ ਚੀਜ਼ ਹੈ ਯੂਐਸਏ ਦੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਐਂਡ ਵੀ ਨੋ ਹਾਊ ਇਟ ਵਰਕਸ ਜੇ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰੋ ਧੰਨਵਾਦ